ग्यासपुरा के पीपल चौक में उस समय हड़कंप मच गया जब यहां साइकिल रिपेयर की दुकान पर हवा भरने वाले कंप्रेशर फटने से 12 साल के अमित नामक बच्चे की मौत हो गई और 3 गंभीर रूप से घायल हो गए। ਜਿਹੜੇ ਬੰਦੇ ਹੋਏ ਲੱਗੇ ਹੈਗੇ ਸੀ ਉਹ 4-5 ਦੇ ਕਰੀਬ ਜ਼ਖਮੀ ਹੋਏ। 3 ਵਜੇ ਆਇਆ ਸੀ ਮੈਂ, 12 ਵਜ ਕੇ ਕੁਛ ਮਿੰਟ 'ਤੇ ਹੋਇਆ ਇਹ ਕੰਪਰੈਸ਼ਰ 'ਚ ਹਵਾ ਭਰਦਾ ਪਿਆ ਸੀਗਾ। ਉਹ ਮੇਰੇ ਖਿਆਲ ਉਹਨਾਂ ਕੋਲ ਕੰਪਰੈਸ਼ਰ 'ਚ ਹਵਾ ਹੋ ਗਈ ਜ਼ਿਆਦਾ, ਉਹ ਬਲਾਸਟ ਹੋ ਗਿਆ। ਉਹ ਨਾਲ ਹੀ ਉਹਦਾ ਆਟੋ ਵਾਲੇ ਦਾ ਮੁੰਡਾ ਖੜਾ ਸੀਗਾ, ਉਹ ਮੋਟਰ ਚੱਕ ਉੱਡ ਕੇ ਲੱਗੀ ਉਹਦੇ ਇੱਥੇ ਮੋਟਰ ਆ ਚੀਜ਼ 'ਤੇ, ਇੱਥੇ ਹੋ ਗਿਆ ਸਰਾਖ। ਉਹਦਾ ਹਾਰਟ ਹੋ ਗਿਆ ਉਸੇ ਟਾਈਮ ਬੰਦ, ਉਸੇ ਟਾਈਮ ਚੁੱਕ ਕੇ ਅਸੀਂ ਲੈ ਗਏ ਸੁਰੱਖਿਆ ਹੋਸਪਿਟਲ 'ਚ। ਉਦਾਂ ਨੇ ਜਵਾਬ ਦਿੱਤਾ ਅਪੋਲੋ 'ਚ ਲੈ ਗਏ। ਅਪੋਲੋ ਵਾਲਿਆਂ ਨੇ ਸਾਰਾ ਆਪਣਾ 5-6 ਡਾਕਟਰਾਂ ਦੀ ਟੀਮ ਨੇ ਪੂਰਾ ਜ਼ੋਰ ਲਾਇਆ, 1.5 ਘੰਟਾ 1.25 ਘੰਟਾ ਜ਼ੋਰ ਲਾਇਆ, ਉਹਦੀ ਧੜਕਣ ਨਹੀਂ ਵਾਪਸ ਆਈ। ਹਾਰਕਰ ਨੇ ਜਵਾਬ ਦਿੱਤਾ, ਸਿਰਫ ਇੱਕ ਤਾਂ ਉਹ ਮੁੰਡਾ ਮਰਿਆ, ਦੂਜਾ ਇੱਕ ਪੇਠੇ ਦੀ ਰੇਹੜੀ ਵਾਲਾ ਸੀਗਾ, ਉਹਦੇ ਸਰੀਆ ਵੜਿਆ ਸੀਗਾ ਇੰਨਾ ਵੱਡਾ ਇੱਥੇ, ਉਹਨੂੰ ਵੀ ਚੱਕ ਕੇ ਲੈ ਗਏ ਸੁਰੱਖਿਆ 'ਚ। ਜਦ ਤੱਕ ਅਸੀਂ ਉਹਨੂੰ ਸੁਰੱਖਿਆ 'ਚ ਭਰਤੀ ਕਰਾਇਆ ਸੀਗਾ ਉਦੋਂ ਠੀਕ ਸੀਗਾ ਉਹ। ਉਸ ਤੋਂ ਬਾਅਦ ਅਸੀਂ ਮੁੰਡੇ ਨੂੰ ਲੈ ਕੇ ਚਲੇ ਗਏ ਉੱਧਰ, ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਉਹਦਾ ਕੀ ਬਣਿਆ ਸੁਰੱਖਿਆ ਵਾਲੇ ਦਾ। ਬਹੁਤ ਹੀ ਜ਼ਿਆਦਾ ਜੈਸੇ ਕੋਈ ਬੰਬ ਫਟਿਆ ਹੁੰਦਾ, ਬਹੁਤ ਹੀ ਜ਼ਿਆਦਾ।